ਨਾ ਪ੍ਰਕਾਸ਼ ਨਹੀਂ ਤਾਂ ਰਵਾਇਤਾਂ ਅਲੱਗ ਅਲੱਗ ਹੈ ਜੀ। ਸਾਡੇ ਨਿਸ਼ਾਨ ਸਾਹਿਬ ਨੂੰ ਵੀ ਲੋਕ ਬੜੇ ਸਨਮਾਨ ਨਾਲ ਮੱਥਾ ਟੇਕਦੇ ਨੇ, ਪਰ ਇੱਥੇ ਹਾਈਟ ਦੇਖੋ ਜੀ, ਕਿਆ ਬਾਤ ਹੈ। ਇੱਥੇ ਇਹ ਰਵਾਇਤ ਹੋਰ ਗੁਰਦੁਆਰਾ ਸਾਹਿਬ ਦਾ ਤਾਂ ਮੈਨੂੰ ਪਤਾ ਨਹੀਂ, ਇੱਥੇ ਨਹੀਂ ਹੈ ਕਿਉਂਕਿ ਜੰਗਲਾ ਲਾਇਆ ਵਾ ਹੈ। ਅਤੇ ਸਾਰਾ ਕੁਝ ਠੀਕ ਹੈ ਜੀ, ਜਿੱਥੇ ਮੱਥਾ ਟੇਕ ਲਓ ਤਾਂ ਵੀ ਠੀਕ ਹੈ, ਨਹੀਂ ਟੇਕਣਾ ਤਾਂ ਵੀ ਠੀਕ ਹੈ। ਜਿਹੜੇ ਟੇਕਦੇ ਉਹ ਇਹ ਗੱਲ ਕਹਿ ਦਿੰਦੇ ਆ ਸਾਡੇ ਗੁਰੂ ਦਾ ਨਿਸ਼ਾਨ ਹੈ, ਜਿਹੜੇ ਨਹੀਂ ਟੇਕਦੇ ਉਹ ਇਹ ਕਹਿ ਦਿੰਦੇ ਆ ਸਾਡਾ ਗੁਰੂ ਅੰਦਰ ਬੈਠਾ ਹੈ। ਅਤੇ ਦੋਨੋਂ ਠੀਕ ਨੇ, ਇਸ ਕਰਕੇ ਜੀ ਕੋਈ ਵਾਦ ਵਿਵਾਦ ਨਹੀਂ, ਬਸ ਸੇਵਾ ਕਰੋ ਜੀ ਗੁਰੂ ਦੇ ਘਰ ਦੀ, ਔਰ ਨਾਮ ਜਪੋ, ਜਿਹਦਾ ਜਿੱਦਾਂ ਮਨ ਖੁਸ਼ ਉਦਾਂ ਕਰੇ। ਬਾਕੀ ਕੁਛ ਰੂਲ ਤਾਂ ਹੁੰਦੇ ਹੀ ਹੈ, ਮਰਿਆਦਾ ਹੁੰਦੀ ਹੈ, ਉਹਨੂੰ ਤਾਂ ਫੋਲੋ ਕਰਨਾ ਪੈਂਦਾ ਹੀ ਹੈ।